रेडी ਕੇਂਦਰੀ ਵਿੱਤ ਮੰਤਰੀ ਸੀ타ਰਮਨ ਵੱਲੋਂ ਸਾਲ 2023-24 ਦਾ ਪੇਸ਼ ਕੀਤਾ ਗਿਆ ਬਜਟ ਕਈ ਪੱਖਾਂ ਤੋਂ ਵੱਡੀ ਰਾਹਤ ਦੇਣ ਵਾਲਾ ਮੰਨਿਆ ਜਾ ਸਕਦਾ ਹੈ ਡੰਡੀ ਵਿੱਤ ਮੰਤਰੀ ਸੀ타ਰਮਨ ਨੇ ਪੰਜਵੀਂ ਵਾਰ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ ਹੈ ਉਸ ਦਾ ਇਹ ਦਾਵਾ ਹੈ ਕਿ ਦੇਸ਼ ਦੀ ਆਰਥਿਕਤਾ ਇਸ ਕਦਰ ਮਜ਼ਬੂਤ ਹੋਈ ਹੈ ਕਿ ਇਹ ਪਿਛਲੇ 9 ਸਾਲਾਂ ਦੇ ਅਰਸੇ ਵਿੱਚ ਵਿਸ਼ਵ ਪੱਧਰ ਉੱਤੇ 10ਵੇਂ ਸਥਾਨ ਤੋਂ ਉੱਪਰ ਉੱਠ ਕੇ ਹੁਣ 5ਵੇਂ ਸਥਾਨ ਉੱਤੇ ਪਹੁੰਚ ਗਈ ਹੈ ਡੰਡੀ ਪਿਛਲੇ ਸਮੇਂ ਦੌਰਾਨ ਕਈ ਵਾਰ ਦੇਸ਼ ਨੂੰ ਵੱਡੀਆਂ ਮੁਸ਼ਕਲਾਂ ਵਿੱਚੋਂ गुजरਨਾ ਪਿਆ ਹੈ ਡੰਡੀ 2 ਸਾਲ ਤੱਕ ਕੋਵਿਡ ਮਹਾਮਾਰੀ ਨੇ ਹਰ ਪੱਖੋਂ ਵੱਡਾ ਪ੍ਰਭਾਵ ਪਾਇਆ ਸੀ ਡੰਡੀ ਇਸ ਦੌਰਾਨ ਦੁਨੀਆ ਦੇ ਬਹੁਤੇ ਦੇਸ਼ਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਡੋਲ ਗਈ ਸੀ ਪਰ ਇਸ ਸਮੇਂ ਵੀ ਇਹ ਦੇਸ਼ ਵੱਡੇ ਜਤਨਾ ਨਾਲ ਖੜਾ ਰਿਹਾ ਡੰਡੀ ਉਸ ਸਮੇਂ ਸਭ ਤੋਂ ਵੱਡੀ ਪ੍ਰਾਪਤੀ ਦੇਸ਼ ਭਰ ਦੇ 130 ਕਰੋੜ ਲੋਕਾਂ ਵਿੱਚੋਂ ਬਹੁਤਿਆਂ ਨੂੰ ਦੋ ਬਾਰ ਟੀਕੇ ਲਗਾਉਣ ਦੀ ਰਹੀ ਡੰਡੀ ਪਰ ਉਸ ਵਖਤ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਕਰੋੜਾਂ ਲੋਕ ਰੁਜ਼ਗਾਰ ਗੁਆ ਬੈਠੇ ਡੰਡੀ ਇਸ ਵੱਡੇ ਖੱਪੇ ਦੀ ਪੂਰਤੀ ਹੁਣ ਤੱਕ ਨਹੀਂ ਹੋ ਸਕੀ ਡੰਡੀ ਇਸ ਲਈ ਹਰ ਖੇਤਰ ਵਿੱਚ ਨੌਕਰੀਆਂ ਦਾ ਵੱਦ ਤੋਂ ਵੱਧ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਹੈ ਡੰਡੀ सीतारामन ਨੇ ਦੇਸ਼ ਵਿੱਚ ਮੁੱਢਲੇ ਢਾਂਚੇ ਦੀ ਉਸਾਰੀ ਉੱਤੇ ਜੋਰ ਦਿੱਤਾ ਹੈ ਡੰਡੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ 79000 ਕਰੋੜ ਰੁਪਏ ਦੀ ਰਾਸ਼ੀ ਬਿੱਟਸ ਰੈਡੀ 68 ਫੀਸ ਦੀ ਵਾਦਾ ਕਰਨ ਦੇ ਐਲਾਨ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋ ਸਕਣਗੇ ਡੰਡੀ ਇਸੇ ਤਰ੍ਹਾਂ ਹੀ ਰੇਲ ਦੇ ਖੇਤਰ ਵਿੱਚ 1 ਲੱਖ ਕਰੋੜ ਬਧੇਰੇ ਰਾਸ਼ੀ ਝਟਾਉਣ ਨਾਲ ਵੀ ਰੁਜ਼ਗਾਰ ਵਿੱਚ ਵਾਦਾ ਹੋ ਸਕੇਗਾ ਡੰਡੀ ਪਿੰਡਾਂ ਵਿੱਚ ਮੰਨ ਰਹੀਗਾ ਯੋਜਨਾ ਲੋੜਵੰਦਾਂ ਦਾ ਆਸਰਾ ਬਣ ਰਹੀ ਹੈ ਡੰਡੀ ਸ਼ਹਿਰਾਂ ਵਿੱਚ ਵੀ ਵੱਧ ਤੋਂ ਵੱਧ ਮਢਲੇ ਢਾਂਚੇ ਦੀ ਉਸਾਰੀ ਦੀਆਂ ਯੋਜਨਾਵਾਂ ਨੂੰ ਲਾਗੂ ਕਰਕੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣੇ ਸੰਭਵ ਹਨ ਡੰਡੀ ਇਹ ਸਬੰਧੀ ਪਹਿਲਾ ਹੀ ਰੱਖੀ ਗਈ 10 ਲੱਖ ਕਰੋੜ ਦੀ ਰਾਸ਼ੀ ਵਿੱਚ 33% ਦੀ ਵਾਦਾ ਕੀਤੇ ਜਾਣ ਨਾਲ ਵੀ ਰੁਜ਼ਗਾਰ ਦੇ ਖੇਤਰ ਵਿੱਚ ਸਥਿਤੀ ਨੂੰ ਕੁਝ ਬਿਹਤਰ ਬਣਾਇਆ ਜਾ ਸਕਦਾ ਹੈ ਡੰਡੀ ਚਾਹੇ ਉਸਾਰੀ ਦੇ ਖੇਤਰ ਵਿੱਚ ਨਿੱਜੀ ਕੰਪਨੀਆਂ ਨੂੰ ਵੀ ਉਤਸ਼ਾਹਿਤ ਕਿੱਤੇ ਜਾਣ ਦੇ ਸੰਕੇਤ ਦਿੱਤੇ ਗਏ ਹਨ ਪਰ ਇਸ ਬਾਰੇ ਬਹੁਤਾ ਵਿਸਥਾਰ ਸਾਹਮਣੇ ਨਹੀਂ ਆਇਆ ਡੰਡੀ ਇਸੇ ਤਰ੍ਹਾਂ ਇਕਲਵਿਆਂ ਸਕੂਲਾਂ ਲਈ ਵੀ ਵੱਡੀ ਪੱਧਰ ਉੱਤੇ ਸਟਾਫ ਭਰਤੀ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ ਡੰਡੀ ਸ਼ਹਿਰੀ ਵਿਕਾਸ ਲਈ 10000 ਕਰੋੜ ਦੀ ਰਾਖਵੀ ਰਾਸ਼ੀ ਨਾਲ ਵੀ ਅਜਹੀ ਸਰਗਰਮੀ ਦੇ ਵਧਨ ਦੀ ਆਸ ਕੀਤੀ ਜਾ ਸਕਦੀ ਹੈ ਡੰਡੀ ਵਿੱਤ ਮੰਤਰੀ ਨੇ ਆਮਦਨ ਦੀ ਪੁਰਾਣੀ ਵਿਵਸਥਾ ਅਨੁਸਾਰ ਨਿੱਜੀ ਕੰਪਨੀਆਂ ਉੱਤੇ ਕਰ ਦੀ ਛੋਟ 5 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਤੱਕ ਕਰ ਦਿੱਤੀ ਹੈ ਡੰਡੀ ਪਰ ਜਿਹੜਾ ਵਿਅਕਤੀ ਨਵੀਂ ਆਮਦਨ ਕਰ ਬਵਿਸ਼ਤਾ ਮੁਤਾਬਕ ਕਰ ਤਾਰਨਾ ਚਾਹੇਗਾ ਉਸ ਲਈ ਪੰਜ ਸਲੇਬਾਂ ਦਾ ਐਲਾਨ ਕੀਤਾ ਗਿਆ ਹੈ ਡੰਡੀ